ਕਿਸੇ ਕੋਲ 20 ਰੁਪਏ ਉਹ ਵੀ 19 ਵੀ ਦੇ ਦਿੰਦੇ ਸੀ ਉਹ ਕੀ ਸਰਕਾਰ ਨੂੰ ਪਤਾ ਨਹੀਂ ਵੀ 2 ਨੰਬਰ ਦੀ ਸ਼ਰਾਬ ਵਿਕ ਰਹੀ ਹੈ। ਪਰਿਵਾਰ ਜਿਹੜੇ ਨੇ ਉਹ ਨਿਆਸਰੇ ਹੋ ਗਏ, ਸਰਕਾਰ ਦੀ ਬਹੁਤ ਵੱਡੀ ਕਮੀ ਹੈ ਕਿ ਮੰਦਭਾਗੀ ਘਟਨਾਵਾਂ ਨੇ ਪਰਿਵਾਰਾਂ ਦੇ ਪਰਿਵਾਰ ਉਜੜ ਗਏ, ਇਕੱਲੇ ਇਕੱਲੇ ਵਿਅਕਤੀ ਜਿਹੜੇ ਕਮਾਉਣ ਵਾਲੇ ਸੀ ਪਰਿਵਾਰ ਦੇ ਜੀ ਉਹ ਚਲੇ ਗਏ। ਕਿ ਮੰਦਭਾਗੀ ਘਟਨਾਵਾਂ ਨੇ ਪਰਿਵਾਰਾਂ ਦੇ ਪਰਿਵਾਰ ਉਜੜ ਗਏ, ਇਕੱਲੇ ਇਕੱਲੇ ਵਿਅਕਤੀ ਜਿਹੜੇ ਕਮਾਉਣ ਵਾਲੇ ਸੀ ਪਰਿਵਾਰ ਦੇ ਜੀ ਉਹ ਚਲੇ ਗਏ, ਅਤੇ ਸਾਰੇ ਪਰਿਵਾਰ ਜਿਹੜੇ ਨੇ ਉਹ ਨਿਆਸਰੇ ਹੋ ਗਏ। ਸੋ ਸਰਕਾਰ ਦੀ ਬਹੁਤ ਵੱਡੀ ਕਮੀ ਹੈ ਜਿਹੜੀ ਇਹ ਘਟਨਾ ਹੋਈ। ਮੈਂ ਸਮਝਦਾ ਸਰਕਾਰ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਸਾਰੇ ਪਰਿਵਾਰ ਜਿਹੜੇ ਨੇ ਇਹਨਾਂ ਦਾ ਧਿਆਨ ਰੱਖਣਾ, ਇਹਨਾਂ ਨੂੰ ਹਰ ਤਰ੍ਹਾਂ ਦੀ ਸਹਾਇਤਾ ਕਰਨੀ ਅਤੇ ਆਪਦੀ ਜ਼ਿੰਮੇਵਾਰੀ ਉਠਣੀ। ਅਤੇ ਦੂਜਾ, ਜਿਹੜੇ ਦੋਸ਼ੀ ਨੇ ਉਹਨਾਂ ਦੇ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ, ਕਿਉਂਕਿ ਇਹ ਇਕੱਲੇ ਦੋਸ਼ੀ ਜਿਹੜੇ ਵਿਚਣ ਵਾਲੇ ਨਹੀਂ, ਜਿਨ੍ਹਾਂ ਦੇ ਨੱਕ ਥੱਲੇ ਹੋਇਆ ਜਿਹੜੇ ਅਧਿਕਾਰੀ ਨੇ ਅਫਸਰ ਨੇ ਉਹਨਾਂ 'ਤੇ ਵੀ ਬਹੁਤ ਸਖ਼ਤ ਕਾਰਵਾਈ ਬਣਦੀ ਹੈ, ਕਿਉਂਕਿ ਮੈਂ ਨਹੀਂ ਸਮਝਦਾ ਉਹਨਾਂ ਦੀ ਜਾਣਕਾਰੀ ਤੋਂ ਬਿਨਾਂ ਇਹੋ ਜਿਹਾ ਕੰਮ ਚੱਲ ਸਕਦਾ। ਮੈਨੂੰ ਤਾਂ ਇੱਥੇ ਦੱਸ ਰਹੇ ਸੀ ਵੀ ਉਹ ਤਾਂ 20-20 ਰੁਪਏ ਦੀ ਵੀ ਵੇਚ ਦਿੰਦੇ ਸੀਗੇ, ਜੇ ਕਿਸੇ ਕੋਲ 20 ਰੁਪਏ ਉਹ ਵੀ 19 ਵੀ ਦੇ ਦਿੰਦੇ ਸੀ ਉਹ ਕਿ ਸਰਕਾਰ ਨੂੰ ਪਤਾ ਨਹੀਂ ਵੀ 2 ਨੰਬਰ ਦੀ ਸ਼ਰਾਬ ਵਿਕ ਰਹੀ ਹੈ। ਸੋ ਬਹੁਤ ਜੇ ਸਖ਼ਤ ਕਾਰਵਾਈ ਕਰਨਗੇ ਤਾਂ ਹੀ ਲੋਕਾਂ ਦਾ ਵਿਸ਼ਵਾਸ ਵੱਜੂਗਾ ਅਤੇ ਡਰ ਹੋਊਗਾ, ਨਹੀਂ ਐਸੀਆਂ ਭਵਿੱਖ ਵਿੱਚ ਹੋਰ ਵੀ ਘਟਨਾਵਾਂ ਹੋਣ ਦਾ ਡਰ ਹੈ, ਕੁਛ ਵੀ ਸੰਭਵ ਹੋ ਸਕਦਾ। ਸੋ ਮੈਂ ਇਹ ਸਮਝਦਾ ਵੀ ਭਗਵੰਤ ਸਿੰਘ ਮਾਨ, ਕਿਉਂਕਿ ਉਹਨਾਂ ਦਾ ਆਪਦਾ ਜ਼ਿਲ੍ਹਾ SCM ਨੇ, ਉਹਨਾਂ ਨੂੰ ਇਹ ਜ਼ਿੰਮੇਵਾਰੀ ਉੱਠਣੀ ਚਾਹੀਦੀ ਹੈ। ਦੇਖੋ ਮੇਰੀ ਜਾਣਕਾਰੀ ਤੱਕ ਤਾਂ 22 ਮੌਤਾਂ ਤਾਂ ਮੇਰੇ ਕੋਲ ਪੁਸ਼ਟਾ ਸੀਗੀ, ਹੁਣ ਮੈਨੂੰ ਸ਼ਾਇਦ ਇਹਨਾਂ ਨੇ ਦੱਸਿਆ ਵੀ ਸ਼ਾਇਦ 1-2 ਮੌਤਾਂ ਹੋਰ ਵੀ ਹੋਈਆਂ ਨੇ, ਉਹਦੀ ਪੁਸ਼ਟੀ ਤਾਂ ਪ੍ਰਸ਼ਾਸਨ ਕਰ ਸਕਦਾ। ਪਰ ਗੱਲ ਜਿਹੜੀ ਹੈ ਇਹ ਤਾਂ ਹੁਣ ਜਿੰਨੀਆਂ ਸੁਣਦੇ ਹਜੇ ਕਿੰਨੇ ਹੋਰ ਬਿਮਾਰ ਪਏ ਨੇ, ਕਿੰਨੇ ਹੋਰ ਸੀਰੀਅਸ ਨੇ, ਇਹ ਤਾਂ ਪਤਾ ਨਹੀਂ ਕਿੱਥੇ ਜਾ ਕੇ ਗੱਲ ਮੁੱਕੂਗੀ। ਮਤਲਬ ਚਿੰਤਾ ਹੁੰਦੀ ਹੈ ਦੇਖ ਕੇ ਵੀ, ਥੋੜ੍ਹੇ ਚਿਰ ਬਾਅਦ ਹੀ ਖਬਰ ਆ ਜਾਂਦੀ ਹੈ ਵੀ ਇੱਕ ਹੋਰ ਜੀ ਚਲੇ ਗਿਆ, ਇੱਕ ਹੋਰ ਬੰਦੇ ਦੀ ਡੈਥ ਹੋ ਗਈ। SHO ਸਾਰੇ ਮੁਲਤਵੀ ਕਰੇ ਜਾਣਗੇ, ਹੁਣ ਕਿਵੇਂ ਦੇਖਦੇ ਸੀ? ਦੇਖੋ ਇਹ ਤਾਂ ਪਹਿਲਾ ਸਟੈਪ ਇਹ ਹੋਣਾ ਚਾਹੀਦਾ ਸੀਗਾ, ਅਫਸਰ ਦੇ ਖਿਲਾਫ਼ ਕਾਰਵਾਈ ਕਰਨੀ ਪਹਿਲਾ ਸਟੈਪ ਹੋਣਾ ਚਾਹੀਦਾ, ਪਰ ਅੱਜ ਤੱਕ ਕੋਈ ਕਾਰਵਾਈ ਨਹੀਂ ਹੋਈ। ਇੱਥੋਂ ਤੱਕ ਕਿ ਪ੍ਰਸ਼ਾਸਨ ਦੇ ਆ ਕੇ ਪਰਿਵਾਰਾਂ ਨੂੰ ਮਿਲਣ ਨੂੰ ਵੀ ਜਿਹੜਾ ਹੈ ਤਿਆਰ ਨਹੀਂ ਹੈਗੇ। ਮਤਲਬ 3 ਦਿਨ ਬਾਅਦ ਜਾ ਕੇ ਪ੍ਰਸ਼ਾਸਨ ਨੇ ਜਾ ਕੇ ਇਹਨਾਂ ਨਾਲ ਗੱਲਬਾਤ ਕਰਕੇ ਕੁਛ ਨਾ ਕੁਛ ਇਹਨਾਂ ਨੂੰ ਜਿਹੜੀ ਹੈ ਸਹਾਇਤਾ ਕੀਤੀ ਹੈ। ਉਸ ਤੋਂ ਪਹਿਲਾਂ ਤਾਂ ਗੱਲ ਸੁਣਨ ਨੂੰ ਹੀ ਤਿਆਰ ਨਹੀਂ ਸੀ, ਇਹੀ ਕਹਿ ਕੇ ਛੁਟਕਾਰਾ ਪਾ ਰਹੇ ਸੀ, ਕਹਿ ਰਹੇ ਸੀ ਜੀ ਇਹ ਤਾਂ ਜੀ ਕੋਰਟ ਲੱਗਿਆ ਹੋਇਆ, ਅਸੀਂ ਕੁਛ ਨਹੀਂ ਕਰ ਸਕਦੇ। ਕੋਰਟ ਦਾ ਬਹਾਨਾ ਬਣਾ ਕੇ ਤੁਸੀਂ ਇਸ ਔਖੀ ਘੜੀ 'ਚ ਪਰਿਵਾਰਾਂ ਦੇ ਨਾਲ ਨਹੀਂ ਖੜੋਗੇ ਤਾਂ ਫਿਰ ਸਰਕਾਰ ਘਾਉਣ ਦਾ ਤੁਹਾਨੂੰ ਹੱਕ ਹੀ ਨਹੀਂ। ਤੁਸੀਂ ਐਡਾ ਵੱਡੇ ਫਤਵੇ ਤੋਂ ਬਾਅਦ ਤੁਸੀਂ ਆਏ ਹੋ ਅਤੇ ਆਮ ਆਦਮੀ ਆਪਦੇ ਆਪ ਨੂੰ ਘਾਉਣੇ ਹੋ, ਆਮ ਆਦਮੀ ਵਾਲੀ ਗੱਲ ਕਿਹੜੀ ਰਹਿ ਗਈ ਤੁਹਾਡੇ 'ਚ?